ਹੈਲੋ, ਵੈਲਕਮ ਬੈਕ ਟੂ ਮਾਈ ਚੈਨਲ। ਅੱਜ ਧੁੱਪ ਬਹੁਤ ਵਧੀਆ ਨਿਕਲੀ ਹੈ, ਮੌਸਮ ਬਹੁਤ ਵਧੀਆ ਆ, ਪਰ ਅਗਲੇ ਥੋੜ੍ਹੇ ਦਿਨਾਂ ਲਈ ਮੀਂਹ ਦੱਸਿਆ ਆ। ਆਹ ਸਾਗ ਮੈਂ ਲਿਆਂਦਾ ਸੀਗਾ, ਇਹ ਹੈਗਾ ਆ ਮੈਕਸੀਕਨ ਸਾਗ ਆ ਇਹ, ਅਤੇ ਪੱਤੇ ਕਾਫੀ ਵੱਡੇ ਹੋ ਗਏ ਆ। ਅਤੇ ਇੱਧਰ ਮਟਰ ਵੀ ਲਾਏ ਆ, ਮਟਰ ਵੀ ਥੋੜ੍ਹੇ ਥੋੜ੍ਹੇ ਵੱਧ ਗਏ ਆ। ਦੇਖੋ ਹੁਣ ਇਹਨੂੰ ਮਟਰ ਲੱਗਣੇ ਕਦੋਂ ਸ਼ੁਰੂ ਹੋਣੇ ਆ ਇਹ ਨਹੀਂ ਪਤਾ ਹੈਗਾ। ਸਾਡੇ ਪਿਛਲੇ ਗੁਆਂਢੀ ਵੀ ਪੰਜਾਬੀ ਆ, ਅਤੇ ਉਹ ਲੱਗੇ ਆ ਇੰਡੀਆ ਫੋਨ ਕਰਨ। ਮੈਂ ਤਾਂ ਸਿਰਫ ਆਪਣੇ ਗਾਰਡਨ 'ਚ ਘੁੰਮਦੀ ਹਾਂ ਸਵੇਰੇ ਸਵੇਰੇ, ਅਤੇ ਕਿਉਂਕਿ ਅੱਜ ਅਸੀਂ ਸਾਰੇ ਘਰ ਹਾਂ ਅਤੇ ਬਾਹਰ ਜਾਣ ਦਾ ਪਲੈਨ ਬਣਿਆ ਆ ਘੁੰਮਣ ਜਾਣ ਦਾ। ਅਤੇ ਚਲੋ, ਕਿੰਨੇ ਦਿਨ ਹੋ ਗਏ। ਜੋਰਡਨ ਕਹਿੰਦਾ ਮੈਂ ਆਪਣੇ ਨਾਨੇ ਨੂੰ ਮਿਲਣਾ, ਨਾਨੇ ਨੂੰ ਮਿਲਣਾ। ਆਹ ਉਹਦੇ ਅੰਕੂ ਖੜੀ ਆ, ਅੰਕੂ ਵੀ ਰੈਡੀ ਆ ਨਾਨੇ ਨੂੰ ਜਾਣ ਨੂੰ, ਨਾਨੇ ਨੂੰ ਮਿਲਣਾ। ਹਾਂਜੀ, ਤੁਸੀਂ ਨਾਨੇ ਨੂੰ ਮਿਲਣਾ ਹੈ? ਜਾਣਾ ਤੁਸੀਂ ਘੁੰਮੀ ਘੁੰਮੀ ਕਰਨ ਜਾਣੀ ਆ? ਓ ਅੱਛਾ, ਹੁਣ ਇਹਨੇ ਟੀਵੀ ਦੇਖਣਾ ਆ, ਹੁਣ ਇਹਨੂੰ ਨਾਨਾ ਚੇਤੇ ਭੁੱਲ ਗਿਆ ਆ। 1 hour later। ਹਾਂਜੀ ਸਾਹਿਬ ਜੀ, ਹੈਲੋ, ਹਾਈ ਭਾਈ। ਓਹੋ, ਇਹ ਜੋਰਡਨ ਨਾਨੂ ਦਾ ਫਰੈਂਡ ਹੈ ਨਾ। ਲਓ ਜੀ, ਮੈਂ ਪਹੁੰਚ ਗਈ ਆ ਜੁਬਾ ਸਿਟੀ। ਡੈਡੀ ਲੱਗੇ ਜੋਰਡਨ ਨੂੰ ਕੱਢਣ, ਤੇ ਆਹ ਮੰਮੀ ਹਾਲੋ ਲਾ ਕੇ ਗਈ ਸੀ ਇੰਡੀਆ ਜਾਣ ਤੋਂ ਪਹਿਲਾਂ, ਤੇ ਇੱਧਰ ਹੈਗਾ ਲਸਣ ਲਾ ਕੇ ਗਈ ਆ, ਧਨੀਆ ਵੀ ਹੋਏ ਆ, ਤੇ ਉਧਰ ਹੈਗੇ ਮੇਥੇ, ਆ ਮੇਥੇ ਲਾਏ ਆ। ਡੈਡੀ ਮੂਲੀਆਂ ਆ, ਪਰ ਉਹ ਮੂਲੀਆਂ ਮੰਮੀ ਦੇ ਹਲੋ ਜਾਣ ਤੋਂ ਪਹਿਲਾਂ ਸਾਰੀਆਂ ਸਬਜ਼ੀਆਂ ਲਾ ਕੇ ਗਈ ਆ। ਅੱਛਾ, ਓ ਅੱਛਾ, ਇੱਥੇ ਸ਼ਲਗਮ, ਮੂਲੀਆਂ ਤੇ ਸਰੋਂ ਲਾਈ ਆ, ਤੇ ਬੈਂਗਣ। ਡੈਡੀ ਸੁੱਕ ਗਏ ਨਾ ਸਾਰੇ? ਹਾਂ, ਉਹਦੇ ਬੈਂਗਣ ਕੋਰੇ ਦਾ ਕਰਕੇ ਨਾ ਸਾਰੇ ਸੁੱਕ ਗਏ ਆ, ਤੇ ਆਹ ਲੱਗੇ ਆ ਗੰਡੇ ਲਾਏ ਆ। ਕਰੋ, ਤੁਸੀਂ ਵੀ ਕਰੋ। ਹੈਪੀ ਬਰਥਡੇ ਟੂ ਯੂ, ਕਲੱਪ ਕਲੱਪ, ਯੇ। ਅਸੀਂ ਨਾ ਡੈਡੀ ਹੁਣਾਂ ਦਾ ਬਰਥਡੇ ਸੈਲੀਬ੍ਰੇਟ ਕਰਨ ਜਾ ਰਹੇ ਆ। 61 ਇਅਰਸ ਓਲਡ ਹੋ ਜਾਣਾ ਡੈਡੀ ਹੁਣੀ ਅੱਜ। ਡੈਡੀ ਕਿੱਦਾਂ ਦਾ ਲੱਗ ਰਿਹਾ 61 ਸਾਲ ਦੇ ਹੋ ਕੇ? 61 ਸਾਲ ਦੇ ਹੋ ਗਏ, ਉਦੋਂ ਦਾ ਹੀ ਲੱਗ ਰਿਹਾ ਜਿੱਦਾਂ ਪਹਿਲਾਂ ਸੀਗੇ। ਹਾਂ ਚਲੋ, ਹੁਣ ਅਸੀਂ ਚੱਲੇ ਆ। ਆਹਾ, ਸਾਡੇ ਭਟੂਰੇ ਆ ਗਏ ਆ, ਦੇਖੋ ਫੁੱਲੇ ਫੁੱਲੇ ਭਟੂਰੇ। ਜੋਰਡਨ ਜੰਮੀ ਆ ਭਟੂਰਾ? ਹਾਂ, ਨਾਲੇ ਚੀਜ਼ ਨਾਨ ਮੰਗਾਇਆ ਸੀ, ਇਹ ਰਿਜੈਕਟ ਹੋ ਗਿਆ। ਤੇ ਆ ਸੀਗਾ ਚੀਜ਼ ਨਾਨ। ਡੈਡੀ ਰਸਤਾ ਚੱਲ ਵੀ ਜਾਊਗਾ? ਹੈ ਅਸੀਂ ਅੱਜ ਨਵਾਂ ਪੰਗਾ ਲੱਗੇ ਲੈਣ, ਅਸੀਂ ਚੱਲੇ ਆ ਸਾਗ ਲੈਣ ਖੇਤਾਂ ਚੋਂ। ਜ਼ਮੀਨ ਆ ਮੇਰੇ ਖਿਆਲ ਮੁੰਡੇ ਦੀ, ਸੁੰਡੀ ਦੀ। ਅੱਛਾ, ਆ ਦੇ ਨਾ ਹੁਣ ਸਾਰੇ ਪੀਚਾਂ ਦੇ ਜਿਹੜੇ ਦਰਖਤ ਆ ਸਾਰੇ ਸੁੱਕ ਗਏ, ਤਾਂ ਅਸੀਂ ਖੇਤਾਂ ਦੇ ਵਿੱਚ ਪਾ ਲਏ ਗੱਡੀ। ਅੱਛਾ ਹਾਂ, ਉੱਧਰ ਪਰਾਂ ਦੂਜੇ ਪਾਸੇ ਸੀਗਾ ਡੈਡ ਐਂਡ, ਤਾਂ ਇੱਧਰ ਦੀ ਜਾ ਸਕਦੀ ਹੈ ਗੱਡੀ। ਮੈਂ ਇਹਨੂੰ ਪਤਾ ਸੀ, ਮੰਮੀ ਨੇ ਪਿਛਲੀ ਵਾਰ ਸਾਗ ਤੋੜ ਕੇ ਦਿੱਤਾ ਸੀਗਾ ਮੈਨੂੰ, ਤੇ ਮੈਂ ਸੋਚਿਆ ਚੱਲ ਆਓ ਡੈਡੀ ਸਾਗ ਦੇਖੋ, ਸਾਗ ਹੀ ਸਾਗ ਦੀਦਾ ਲੈ। ਅੱਜ ਆਂਟੀ ਦਾ ਕਰਕੇ ਸਾਨੂੰ ਸਾਗ ਮਿਲ ਗਿਆ। ਆਂਟੀ ਕਹਿੰਦੇ ਮੈਂ ਨਾਲ ਚੱਲ ਪੈਂਦੀ ਆ ਨਾਲ। ਪੰਜਾਬੀਆਂ ਦੇ ਖੱਤੇ ਆ ਇੱਥੇ ਸਾਗ, ਅੱਜ ਇੱਥੇ ਸਾਗ ਲੱਗਾ ਵੀ ਪੰਜਾਬੀਆਂ ਦਾ। ਚਲੋ ਜੀ, ਇੱਧਰ ਆਂਟੀ ਜੀ ਆ ਗਏ ਆ ਮੇਰੇ ਨਾਲ, ਦੂਸਰੇ ਆਂਟੀ ਜੀ ਹਾਲਾਂ ਕੰਮ ਤੇ ਗਏ ਆ, ਉਹਨਾਂ ਦੇ ਨਾਲ ਜਿੱਦਾਂ ਉਹ ਮੇਰੇ ਨਾਲ ਆ ਨਹੀਂ ਸਕੇ, ਤਾਂ ਦੇ ਅਸੀਂ ਆਏ ਸਾਗ ਤੋੜਨ। ਇੱਦਾਂ ਲੱਗਾ ਸਾਗ ਆਂਟੀ, ਆ ਤੇ ਗੰਦਲਾ ਬਣੀਆਂ ਆ, ਛੋਟੀਆਂ ਛੋਟੀਆਂ, ਹਲੇ ਇੰਨੀਆਂ ਵੱਡੀਆਂ ਨਹੀਂ ਗਈਆਂ ਨਾ। ਤੇ ਗੋਭੀ ਸਰੋਂ ਆ ਨਾ ਆਂਟੀ? ਦੇਖੋ ਕਿੰਨਾ ਵਧੀਆ ਲੱਗਦਾ ਆ ਸਾਗ ਤੋੜਨਾ ਇੱਥੇ।
ਆ ਮੈਂ ਲਫਾਫਾ ਲਿਆਂਦਾ ਆ ਸਾਗ ਦੇ ਲਈ ਸਾਗ ਪੋਣ ਨੂੰ ਗੋਭੀ ਸਰੋਂ ਆ ਆਂਟੀ ਨਾ ਹਾਂ ਮਿੱਠੀ ਮਿੱਠੀ ਬਣਦੀ ਨਾ ਇਹ ਮਿੱਠੀ ਮਿੱਠੀ ਬਣਦੀ ਆ ਹਾਂ ਹੁਣ ਮੰਮੀ ਇੰਡੀਆ ਗਏ ਆ ਉਹ ਕਹਿੰਦੇ ਮੁੱਲ ਲੈ ਕੇ ਅਸੀਂ ਸਾਗ ਖਾਈਦਾ ਆ ਹਰੇਕ ਵਾਰ ਅਸੀਂ ਤਾਂ ਗਏ ਨਹੀਂ ਅਸੀਂ ਇੰਡੀਆ ਨੂੰ ਲੈਟ ਹੁਣ ਵੀ ਨਹੀਂ ਹੋਈ ਹੈਗੀ ਲੈਟ ਅੱਛਾ ਜੋਰਡਨ ਨੂੰ ਅਸੀਂ ਘਰ ਛੱਡਿਆ ਤਾਂ ਜੋਰਡਨ ਨੇ ਤਾਂ ਬਹੁਤ ਦੌੜਨਾ ਸੀ ਉਹਨੇ ਤਾਂ ਹੱਥ ਨਹੀਂ ਹੋਣਾ ਸੀਗਾ ਜੋ ਹੁੰਦਾ ਉਹ ਤੰਗ ਬਹੁਤ ਕਰਦਾ ਆ ਬਹੁਤ ਆਂਟੀ ਉਹ ਰੈਸਟੋਰੈਂਟ 'ਚ ਚਲ ਗਿਆ ਕਹਿੰਦਾ ਮੈਂ ਨਹੀਂ ਜਾਣਾ ਹੈਗਾ ਨਾਲ ਘਰ ਨੂੰ ਮੈਂ ਉੱਥੇ ਰਹਿਣਾ ਅੱਛਾ ਹੁਣ ਇਹ ਕਮਰੇ 'ਚ ਆ ਆ ਤੇ ਤਾਜ਼ਾ ਸਾਗ ਮੈਂ ਲੱਗੀ ਪਾਉਣ ਲਿਫਾਫੇ 'ਚ ਆਂਟੀ ਹੁਣ ਤਾਂ ਖੁਸ਼ ਹੋ ਕੇ ਮੇਰੇ ਮੇਰੀ ਹੈਲਪ ਕਰਾਈ ਜਾਂਦੇ ਆ ਮੈਂ ਤਾਂ ਪਿੱਛੇ ਪਿੱਛੇ ਪੈਂਦੀ ਹਾਂ ਲਿਫਾਫੇ ਪੜ੍ਹ ਕੇ ਹਾਏ ਆਂਟੀ ਆ ਦੇ ਨਾ ਕਿੰਨਾ ਸੋਹਣਾ ਸੋਹਣਾ ਇਹ ਨਾ ਫੁੱਲ ਨਿਕਲਣੇ ਸ਼ੁਰੂ ਹੋ ਗਏ ਹਾਂ ਆਹੋ ਆ ਦੇ ਮੋਟੀਆਂ ਮੋਟੀਆਂ ਕੰਦਲਾਂ ਆਂਟੀ ਥੋੜੇ ਚਿਰ ਨੂੰ ਹੋਰ ਪੱਕ ਜਾਣੀਆਂ ਨੇ ਹਾਂ ਵੱਡੀਆਂ ਹੋ ਜਾਣੀਆਂ ਹਾਂ ਅਸੀਂ ਇੱਕ ਵਾਰ ਗਏ ਸੀਗੇ ਤੋੜਨ ਸਾਗ ਪਤਾ ਨਹੀਂ ਕਿੱਥੇ ਡੈਡੀ ਲਾ ਕੇ ਗਏ ਸੀ ਉੱਥੇ ਸ਼ਲਗਮ ਵੀ ਲੱਗੇ ਸੀ ਆ ਸਾਰਾ ਇਧਰੋਂ ਪਿੱਛੇ ਤੱਕ ਇਧਰ ਵੀ ਉਹ ਪਿੱਛੇ ਤੱਕ ਆ ਪੂਰੀਆਂ ਆਈਲਾਂ ਜਿਹੜੀਆਂ ਸਾਗ ਦੀਆਂ ਹੀਆਂ ਉਹ ਦੂਰ ਦੂਰ ਤੱਕ ਆ ਸਾਗ ਆ ਦੇ ਬੜਾ ਵਧੀਆ ਲੱਗ ਰਿਹਾ ਹੈ ਸਾਗ ਤੋੜ ਕੇ ਓ ਦੂਰ ਦੂਰ ਤੱਕ ਅਤੇ ਆਹ ਜਿਹੜੇ ਆੜੂ ਆ ਆੜੂ ਸੁੱਕ ਗਏ ਆ ਸਾਰੇ ਪੱਤੇ ਝੜ ਗਏ ਆ ਹੁਣ ਨਵੇਂ ਸਿਰੇ ਉਹਨਾਂ ਦੇ ਪੱਤੇ ਹੁਣੇ ਆ ਤਾਂ ਉਹਦੇ ਆਂਟੀ 'ਚ ਲੱਗੇ ਆ ਤੋੜਨ ਸਾਗ ਅਤੇ ਇੱਧਰ ਮੈਂ ਦੂਰ ਦੂਰ ਤੱਕ ਜਾ ਜਾ ਕੇ ਦੇਖਦੀ ਹਾਂ ਵੀ ਮੋਟੀਆਂ ਮੋਟੀਆਂ ਗੰਦਲਾਂ ਹੋਰ ਮਿਲ ਜਾਣ ਗੰਦਲਾਂ ਨਾ ਮੋਟੀ ਫੁੱਟੀ ਦੇਖ ਕੇ ਫਿਰ ਤੋੜਨੀਆਂ ਪੈਂਦੀਆਂ ਕਿਉਂਕਿ ਜਿਹੜੀਆਂ ਛੋਟੀ ਛੋਟੀਆਂ ਗੰਦਲਾਂ ਫਿਰ ਉਹਦੀਆਂ ਛਿੱਲਣੀਆਂ ਔਖੀਆਂ ਆ ਕਿੰਨੀ ਮੋਟੀ ਗੰਦਲ ਜੇ ਮੀਂਹ ਪੈ ਗਿਆ ਫਿਰ ਤਾਂ ਆਂਟੀ ਬੱਚੇ ਨਹੀਂ ਬੜ ਹੋਣਾ ਇੱਥੇ ਚੀਕਣੀ ਹੋ ਜਾਣੀ ਨਾ ਮਿੱਟੀ ਸਾਰੀ ਮੈਂ ਤਾਂ ਹੀ ਕਹਿੰਦੀ ਸੀ ਮੈਂ ਕਿਹਾ ਚੱਲ ਅੱਜ ਜਾਣਦੇ ਆ ਫਿਰ ਨਹੀਂ ਤਾਂ ਮੀਂਹ ਪੈ ਗਿਆ ਤਾਂ ਫਿਰ ਨਹੀਂ ਸਾਗ ਲਿਆ ਹੋਣਾ ਹੈਗਾ ਓਕੇ ਇੱਥੇ ਰੱਖ ਦਿਓ ਮੈਂ ਥੱਲੇ ਪਾ ਦਿੰਦੀ ਸਾਡੇ ਘਰ ਪਾਲਕ ਮੇਥੀ ਮੇਥੇ ਵੀ ਲਾਏ ਆ ਮੈਂ ਅਤੇ ਉਹ ਤੋੜ ਕੇ ਨਾ ਆਪ ਫਿਰ ਆਪਣੇ ਗਾਰਡਨ 'ਚ ਪਾਉਂਗੇ ਸਾਗ 'ਚ ਵਧੀਆ ਬਣੂਗਾ ਸਾਗ ਆਂਟੀ ਅਸੀਂ ਕਿਹੜਾ ਸਾਰਾ ਇਕੱਠਾ ਹੀ ਬਣਾ ਲੈਣਾ ਅਸੀਂ ਫਰੀਜ਼ ਕਰ ਲੈਣਾ ਕਿੰਨਾ ਹਾਂ ਕਿਉਂਕਿ ਫਰੀਜ਼ ਕੀਤਾ ਇਹ ਕਿਹੜਾ ਖਰਾਬ ਹੋਣਾ ਆ ਇਹ ਜਿੰਨਾ ਚਿਰ ਮਰਜ਼ੀ ਖਾਓ ਜਦੋਂ ਮਰਜ਼ੀ ਬਣਾ ਲਓ ਹਾਂ ਲਪਾਉਣਾ ਪਾ ਦੇ ਵਿੱਚ ਪਾਰਕ ਪਾ ਕੇ ਹਾਂ ਥੈਂਕ ਯੂ ਆਂਟੀ ਉਹਨਾਂ ਦਾ ਜਿਹੜਾ ਮੈਨੂੰ ਲੈ ਕੇ ਆਏ ਨਹੀਂ ਤਾਂ ਮੇਰਾ ਕੋਈ ਚਾਂਸ ਨਹੀਂ ਸੀਗੇ ਆਉਣ ਦੇ ਸਾਗ ਲੈਣ ਦੇ ਹਾਂ ਮੇਰੇ ਕਰਮਾਂ 'ਚ ਸੀ ਅੱਜ ਆਉਣਾ ਸਾਗ ਲੈਣਾ ਤਾਂ ਕਰਕੇ ਆ ਹੋ ਗਿਆ ਆਂਟੀ ਅਸੀਂ ਇੱਕ ਵਾਰ ਲੈਣ ਗਏ ਸੀਗੇ ਪਤਾ ਨਹੀਂ ਕਿੱਥੇ ਸੀਗੇ ਉਹ ਸ਼ਲਗਮ ਮੂਲੀਆਂ ਅਤੇ ਸਾਗ ਤਾਂ ਜਿਹੜਾ ਹੈਗਾ ਸੀ ਹੈਗਾ ਹੀ ਸੀ ਉਹ ਤਾਂ ਸਾਗ ਵੀ ਕਿੰਨਾ ਲੱਕ ਤੱਕ ਆਇਆ ਸੀਗਾ ਇੰਨਾ ਜ਼ਿਆਦਾ ਹੋਇਆ ਸੀਗਾ ਹਾਂ ਉਹ ਦੂਰ ਸੀਗਾ ਆਹ ਤਾਂ ਬਹੁਤ ਨੇੜੇ ਆ ਉਹ ਦੂਰ ਸੀਗਾ ਆ ਗਏ ਆਂਟੀ ਜੀ ਆਂਟੀ ਜੀ ਉਹਨੇ ਤਾਂ ਕਿੰਨੇ ਦੂਰ ਚ ਨਿਕਲ ਗਏ ਮੇਰਾ ਤਿੰਨ ਲਫਾਫੇ ਆਂਟੀ ਭਰ ਚੱਲੇ ਤੁਸੀਂ ਉਹ ਰੱਖਿਆ ਉੱਥੇ ਓਕੇ
ਜਿੱਦਾਂ ਜਿੱਦਾਂ ਭੱਗ ਗਿਆ ਹੀ ਜਾਂਦੇ ਆਂਟੀ ਉਦੋਂ ਤੋਂ ਗੰਦਲਾ ਵਧੀ ਜਾਂਦੀ ਹੈ ਨਾ ਮਤਲਬ ਉਹ ਜਿਹੜਾ ਦੂਰ ਤੱਕ ਆ ਨਾ ਉੱਥੇ ਜ਼ਿਆਦਾ ਗੰਦਲਾ ਹੋ ਗਿਆ ਹਾਂ ਆਹੋ ਲੋਕੀ ਤੋੜ ਕੇ ਲੱਗੇ ਗਏ ਆ ਯਾ ਤਾਂ ਹੀ ਤਾਂ ਕਈ ਗੰਦਲਾ ਦੁਬਾਰਾ ਫੁੱਟੀਆਂ ਹਾਂ ਦੁਬਾਰਾ ਅਸਲੋਂ ਅੱਗੇ ਵੱਲ ਨੂੰ ਜਾਂਦੇ ਆ ਤੇ ਉੱਥੇ ਥੋੜਾ ਵੱਡਾ ਲੱਗਦਾ ਸਾਗ ਦੇਖਣ ਨੂੰ ਹਾਂ ਆ ਨਾ ਹੋਰ ਵੱਡਾ ਹੋਈ ਜਾਂਦਾ ਉਹ ਪਿੱਛੇ ਪਿੱਛੇ ਨੇੜੇ ਆ ਨਾ ਲੋਕੀ ਘਰਾਂ ਦੇ ਨੇੜੇ ਹਾਂ ਮੈਨੂੰ ਪਸੀਨਾ ਆ ਗਿਆ ਅੱਜ ਤੇ ਧੁੱਪ ਵੀ ਕੜਾਕੇਦਾਰ ਨਿਕਲੀ ਆ ਆਦੇ ਬਾਲਣ ਵੀ ਵਿੱਚੇ ਹੀ ਆ ਇੱਥੇ ਕੋਈ ਨਹੀਂ ਚੱਕਦਾ ਬਾਲਣ ਆਂਟੀ ਆਦੇ ਇੱਧਰ ਵੱਡਾ ਆ ਹਾਂ ਆਦੇ ਕਾਫੀ ਵੱਡੀ ਵੱਡੀਆਂ ਗੰਦਲਾਂ ਆ ਆ ਤਾਂ ਆਂਟੀ ਇੱਧਰ ਵੱਡੀਆਂ ਗੰਦਲਾਂ ਆ ਹਾਂ ਹਾਂ ਲੋਕੀ ਲੈ ਕੇ ਗਏ ਆਦੇ ਤਾਂ ਇਥੋਂ ਸਬੂਤ ਆ ਵੀ ਪਹਿਲਾਂ ਕੋਈ ਤੋੜ ਕੇ ਲੈ ਕੇ ਗਿਆ ਸਾਗ ਹਾਂ ਆਂਟੀ ਪੱਤੇ ਵੀ ਕੋਈ ਸੱਟ ਕੇ ਗਿਆ ਆਦੇ ਮਤਲਬ ਲੋਕੀ ਪੱਤੇ ਫੇ ਅਸੀਂ ਕਹੀ ਜਾਂਦੇ ਕੋਈ ਲੈ ਗਿਆ ਉਹ ਡੈਡੀ ਡੈਡੀ ਥੋੜੀ ਫਿਰਦੇ ਡੈਡੀ ਤੁਸੀਂ ਤਾਂ ਸਾਨੂੰ ਸਰਪ੍ਰਾਈਜ਼ ਦੇ ਦਿੱਤਾ ਮੈਂ ਕਹੀ ਜਾਂਦੀ ਹਾਂ ਡੈਡੀ ਗੱਡੀ 'ਚ ਬੈਠੇ ਮੈਂ ਕਿਹਾ ਆਹਦੇ ਕੋਈ ਇੱਥੋਂ ਪੱਤੇ ਸੱਟ ਕੇ ਸਾਗ ਨਾ ਲੈ ਕੇ ਗਿਆ ਆ ਇੰਨਾ ਪਤਾ ਨਹੀਂ ਸਾਡਾ ਬੰਦਾ ਉੱਧਰ ਲੱਗਾ ਸਾਗ ਤੋੜਨ ਮੰਮੀ ਨੇ ਕਹਿਣਾ ਰਾਣੋ ਲੈ ਗਈ ਆਪਣੇ ਡੈਡੀ ਨੂੰ ਸਾਗਾਂ ਦੇ ਖੇਤ 'ਚ ਡੈਡੀ ਕਿੱਦਾਂ ਲੱਗ ਰਿਹਾ ਸਾਗ ਤੋੜਦੇ ਟਾਈਮ ਦੱਸੋ ਆਪਣਾ ਐਕਸਪੀਰੀਅੰਸ ਦੱਸੋ ਆਪਣਾ ਵੀ ਆਪਣੇ ਇੰਡੀਆ ਦਾ ਸਾਗ ਆ ਸਰੋਂ ਦਾ ਸਾਗ ਆ ਇਹ ਹਾਂ ਦੇਖੋ ਆਪੇ ਹੀ ਹੋਏ ਹੋਏ ਇਹ ਉਹ ਛੱਟਾ ਉਹਨਾਂ ਦਾ ਦਿਮਾਗ ਥੋੜਾ ਖਰਾਬ ਆ ਇਹਨੂੰ ਹਾਂ ਛੱਟਾ ਦੇਣ ਜਿਹੜਾ ਹਾਂ ਤੇ ਡਿੱਗ ਕੇ ਜਿਹੜਾ ਕੱਢੋ ਤੇ ਲੂਣ ਪਾ ਕੇ ਮੈਂ ਪਾਣੀ ਉਹ ਕੱਢ ਦਿੱਤਾ ਹਾਂ ਫੇਰ ਤਾਜ਼ਾ ਪਾਣੀ ਹੋਰ ਤੱਤਾ ਕਰਕੇ ਪਾ ਕੇ ਤੇ ਚੱਲ ਹਾਂ ਉਹ ਵਧੀਆ ਹਾਂ ਹਾਂ ਚਲੋ ਜੀ ਕੁੱਕੜ ਕੁੱਕੜ ਇੱਥੇ ਉਹਨਾਂ ਦੇ ਯਾਰ ਮਸੀਕੇ ਨੇ ਆ ਜਿਹੜੇ ਮਸੀਕੇ ਨੇ ਇੱਕ ਵਾਰ ਮੈਨੂੰ ਕੁੱਕੜ ਦਿਖਾਏ ਸੀਗੇ ਆ ਅਸੀਂ ਖੇਤਾਂ ਵਿੱਚ ਆ ਡੰਡੀ ਪਾ ਲਈ ਆ ਤੇ ਚਲੋ ਜੀ ਸਰ ਹੁਣ ਮੈਂ ਆਪਣੀ ਗੱਡੀ 'ਚ ਸਾਗ ਰੱਖ ਲਿਆ ਆ ਤੇ ਆਹ ਆਂਟੀ ਜੀ ਹੁਣੀ ਨਾ ਮੈਨੂੰ ਸੰਤਰੇ ਦਿੱਤੇ ਕਹਿੰਦੇ ਜੋਰਡਨ ਖਾ ਲੂਗਾ ਕਿਉਂਕਿ ਜੋਰਡਨ ਹੁਣ ਸੰਤਰਾ ਖਾਂਦਾ ਸੀ ਇਹਨਾਂ ਸਾਹਮਣੇ ਤਾਂ ਉਹ ਕਹਿੰਦੇ ਮੇਰੇ ਕੋਲ ਕਿੰਨੇ ਪਏ ਆ ਤਾਜ਼ੇ ਤੋੜ ਕੇ ਲਿਆਂਦੇ ਆ ਤਾਂ ਤੁਸੀਂ ਲੈ ਲਓ ਅਤੇ ਇੱਧਰ ਆ ਗਾਜਰਾਂ ਦੇਸੀ ਗਾਜਰਾਂ ਕਹਿੰਦੇ ਇਹ ਵੀ ਤੋੜ ਕੇ ਲਿਆਉਂਦੀਆਂ ਸੀਗੀਆਂ ਅਤੇ ਇਹ ਵੀ ਬਹੁਤ ਸਵਾਦ ਬਣਨੀਆਂ ਹੈਗੀਆਂ ਪਤਲੀਆਂ ਪਤਲੀਆਂ ਕਹਿੰਦੇ ਖਾ ਕੇ ਦੇਖਿਓ ਬਹੁਤ ਸਵਾਦ ਬਣਨੀਆਂ ਅਤੇ ਇਹ ਵੀ ਉਹਨੇ ਥੋੜ੍ਹੀਆਂ ਦਿੱਤੀਆਂ ਆ ਉਹ ਜੀ ਅਸੀਂ ਹੁਣ ਡਨ ਆ ਅਤੇ ਮੈਂ ਨਾ ਅਸੀਂ ਘਰ ਨੂੰ ਚੱਲ ਜਾਣਾ ਆ ਅਤੇ ਮੈਂ ਵੈਸੇ ਉਹਦੇ ਘੁੰਮਦੀ ਸੀਗੀ ਸੋਹਣਾ ਲੱਗਦਾ ਮੈਨੂੰ ਘੁੰਮਣਾ ਇੱਦਾਂ ਬਾਗਾਂ ਦੇ ਵਿੱਚ ਪਰ ਜਿਹੜਾ ਹੁਣ ਬਾਗ ਆ ਸਾਰੇ ਸੁੱਕ ਚੁੱਕੇ ਆ ਪੱਤੇ ਸਾਰੇ ਝੜ ਚੁੱਕੇ ਆ ਅਤੇ ਇੱਦਾਂ ਲੱਗਦਾ ਜਿੱਦਾਂ ਵੀ ਇੱਥੇ ਕਦੀ ਹਰਿਆਲੀ ਹੈਗੀ ਨਹੀਂ ਸੀ ਨਾ ਵੀ ਕਦੇ ਹਰੇ ਹੈ ਹੀ ਨਹੀਂ ਸੀ ਹੁਣ ਬਿਲਕੁਲ ਸਾਰੇ ਖਾਲੀ ਹੋਏ ਆ ਦਰਖਤ ਇੱਦਾਂ ਸਾਰੇ ਵਿਚਾਰੇ ਹੋਏ ਇੱਧਰ ਦੂਜੀ ਆਂਟੀ ਜੀ ਹੁਣ ਜਿਹੜੇ ਮੇਰੇ ਨਾਲ ਗਏ ਸੀਗੇ ਨਾ ਸਾਗ ਤੜਵਾਉਣ ਉਹ ਨਹੀਂ ਲਾਏ ਆ ਸਾਰੇ ਗੰਢੇ ਇੱਧਰ ਹੈਗਾ ਲਸਣ ਦੂਜੀ ਆਂਟੀ ਹੁਣ ਵੱਲ ਦੇਖ ਕੇ ਆਉਂਦੀ ਵੀ ਉਹਨੇ ਕੁਛ ਕੀਤਾ ਕਿ ਨਹੀਂ ਲਓ ਜੀ ਇੱਧਰ ਇਹਨੇ ਵੀ ਆਪਣੇ ਗੰਢੇ ਲਾਏ ਆ ਅਤੇ ਲਸਣ ਲਾਇਆ ਆ
ਦੋ ਮਿਰਚਾਂ ਦੇ ਬੂਟੇ ਰਹਿਣ ਦਿੱਤੇ ਆ ਆ ਥੋੜੇ ਜਿਹੇ ਮੇਥੇ ਲਾਏ ਆ ਡਡਨ ਨਾਨੇ ਨੂੰ ਬਾਏ ਕਰ ਦੋ ਬਾਏ ਕਰ ਚਲੋ ਲਾ ਲਾ ਆ ਜਾ ਸ ਹਾਈ ਭਾਈ ਨਾਨੇ ਨੂੰ ਨਾਲ ਲੈ ਚਲੀਏ ਨਾਨੇ ਨੂੰ ਇੱਕ ਹੋਰ ਹੈਪੀ ਬਰਥਡੇ ਕਹਿ ਦੋ ਤੇ ਕਹ ਹੈਪੀ ਬਰਥਡੇ ਨਾਨਾ ਜੀ ਹੈਪੀ ਬਰਥਡੇ ਵਧਾਈਆਂ ਅੱਜ ਦਾ ਦਿਨ ਬਹੁਤ ਵਧੀਆ ਰਿਹਾ ਓਕੇ ਅੱਜ ਅਸੀਂ ਨਾਨੇ ਨਾਲ ਸਾਰਾ ਦਿਨ ਬਤਾਇਆ ਬਾਏ ਬਾਏ ਲਾਡੀ ਵੀ ਦੇ ਦੋ ਆ ਅੰਕਲ ਜੀ ਬਾਏ ਕਰ ਦੋ ਨਾਨੇ ਨੂੰ ਅਗਿੱਤਾ ਤੂੰ ਨਹੀਂ ਕਰ ਰਹੀ ਯੇ ਗੁੱਡ ਜੌਬ ਡੈਡੀ ਕਿਆ ਰੱਖਿਆ ਹੈ ਓਕੇ ਬਾਏ ਬਾਏ ਇੱਥੇ ਵੀ ਕਰਦੇ मिलते अगले ब्लॉग च बस मेरी लाइक करते रहो शेयर करते रहो एंड ऐसा अपना प्यार बनाई रखो थैंक यू अज दे लई इन्ना ही बाय बाय जॉर्डन बाय बाय कर दो Ha ha ha.